ਤੁਸੀਂ ਬਹੁਤ ਆਸਾਨੀ ਨਾਲ ਇੱਕ ਚਕੋਰ ਤੋਂ ਤ੍ਰਿਭੁਜ ਗ੍ਰਿਡ ਬਣਾ ਸਕਦੇ ਹੋ। ਇੱਕ A4 ਸਾਈਜ਼ ਕਾਗਜ਼ ਦੀ ਸ਼ੀਟ ਵਿੱਚੋਂ ਸਭ ਤੋਂ ਵੱਡਾ ਚਕੋਰ ਕੱਟੋ, ਉਸ ਨੂੰ ਮੱਧ ਰੇਖਾ 'ਤੇ ਮੋੜੋ। ਹੁਣ ਇੱਕ ਕੋਨੇ ਵੱਲੋਂ ਮੋੜੋ, ਦੂਜੇ ਪਾਸਿਓਂ ਉਸ ਕੋਨੇ ਨੂੰ ਮੱਧ ਰੇਖਾ 'ਤੇ ਰੱਖਦੇ ਹੋਏ ਅਜਿਹਾ ਕਰੋ। ਇਸ ਤਰ੍ਹਾਂ ਤੁਸੀਂ 60 ਡਿਗਰੀ ਦੇ ਐਂਗਲ 'ਤੇ ਮੋੜੋਗੇ। ਹੁਣ ਦੂਜੇ ਕੋਨੇ ਨੂੰ ਵੀ ਮੋੜੋ, ਅਜਿਹਾ ਹੀ ਦੂਜੇ ਪਾਸਿਓਂ ਵੀ ਕਰੋ। ਕਾਗਜ਼ ਨੂੰ ਖੋਲ੍ਹਦੇ ਹੋਏ ਤੁਸੀਂ ਦੋ ਪਾਸਿਆਂ ਬਰਾਬਰ ਐਂਗਲ ਵਾਲੇ ਤ੍ਰਿਭੁਜ, ਜਿਨ੍ਹਾਂ ਨੂੰ ਅਸੀਂ ਇਕੁਇਲੇਟਰਲ ਟ੍ਰਾਇੰਗਲ ਕਹਿੰਦੇ ਹਾਂ, ਦੇਖੋਗੇ। ਹੁਣ ਤੁਸੀਂ ਦੋ ਤਿਰਛੀਆਂ ਧਾਰੀਆਂ 'ਤੇ ਦੁਬਾਰਾ ਮੋੜੋ ਅਤੇ ਉਹਨਾਂ ਨੂੰ ਮੱਧ ਰੇਖਾ 'ਤੇ ਮੋੜੋ। ਇਹ ਮੋੜ ਦੂਜੀਆਂ ਦਿਸ਼ਾਵਾਂ ਵਿੱਚ ਵੀ ਉਸੇ ਤਰ੍ਹਾਂ ਦੁਹਰਾਓ। ਹੁਣ ਕਾਗਜ਼ ਨੂੰ ਖੋਲ੍ਹਦੇ ਹੋਏ ਤੁਸੀਂ ਬਹੁਤ ਸਾਰੇ ਇਕੁਇਲੇਟਰਲ ਤ੍ਰਿਭੁਜ ਦੇਖੋਗੇ। ਅਖੀਰ ਵਿੱਚ ਹੁਣ ਦੋ ਕੱਪਬੋਰਡ ਦੇ ਆਕਾਰ ਵਿੱਚ ਮੋੜੋ, ਜਿਨ੍ਹਾਂ ਨੂੰ ਦਰਵਾਜ਼ਾ ਬੰਦ ਕਰੋ ਕਿਹਾ ਗਿਆ ਹੈ। ਇਸ ਚਕੌਰ ਨੂੰ ਖੋਲ੍ਹਣ 'ਤੇ ਇਕੁਇਲੇਟਰਲ ਤ੍ਰਿਭੁਜ ਦੀ ਗ੍ਰਿਡ ਵਿਖਾਈ ਦੇਵੇਗੀ। ਉਸ ਦੇ ਵਿੱਚ ਬਹੁਤ ਸਾਰੇ ਤ੍ਰਿਭੁਜ ਹਨ, ਜਿਨ੍ਹਾਂ ਵਿੱਚੋਂ ਥੋੜ੍ਹੇ ਮੋੜਨ 'ਤੇ ਦੱਬਣ ਨਾਲ ਖਤਮ ਹੋ ਜਾਣਗੇ। ਤ੍ਰਿਭੁਜਾਂ ਦੀ ਸੰਖਿਆ ਘਟਾ ਕੇ ਅਤੇ ਉਹਨਾਂ ਨੂੰ ਇੱਕ ਦੂਜੇ ਅੰਦਰ ਦਬਾ ਕੇ ਬਹੁਤ ਸੁੰਦਰ ਪਿਰਾਮਿਡ ਬਣਾ ਸਕਦੇ ਹੋ। ਇਹ ਪਿਰਾਮਿਡ ਬਣਿਆ ਬਿਨਾਂ ਕਿਸੇ ਫੁੱਟੇ ਗੂੰਦ ਜਾਂ ਕੈਂਚੀ ਦੀ ਮਦਦ ਤੋਂ ਹੈ। ਪਿਰਾਮਿਡ ਨੂੰ ਮੋੜਨ ਦੇ ਕਈ ਤਰੀਕੇ ਹਨ, ਤੁਸੀਂ ਆਪਣਾ ਅਨੋਖਾ ਤਰੀਕਾ ਅਪਣਾ ਸਕਦੇ ਹੋ। ਹੁਣ ਫਿਰ ਇੱਕ ਵਾਰ ਤ੍ਰਿਭੁਜ ਗ੍ਰਿਡ ਤੋਂ ਤ੍ਰਿਭੁਜ ਦੀ ਸੰਖਿਆ ਘਟਾ ਕੇ ਅਤੇ ਅਖੀਰ ਵਿੱਚ ਅਖੀਰਲੀ ਫੱਟੀ ਫਲੈਪ ਨੂੰ ਜੇਬ ਦੇ ਵਿੱਚ ਮੋੜ ਕੇ ਆਪਣੇ ਆਪ ਹੀ ਉਸ ਦਾ ਤਾਲਾ ਟੈਟਰਾਹੈਡਨ ਮੋੜ ਸਕਦੇ ਹੋ। ਇਹ 3D ਆਕਾਰ ਨੂੰ ਬਹੁਤ ਹੀ ਸਮਝਦਾਰੀ ਭਰਪੂਰ ਤਰੀਕੇ ਨਾਲ ਦਿਖਾਇਆ ਗਿਆ ਹੈ, ਜਿਸ ਵਿੱਚ ਨਾ ਤਾਂ ਕੋਈ ਗੂੰਦ ਅਤੇ ਨਾ ਹੀ ਕੈਂਚੀ ਦਾ ਇਸਤੇਮਾਲ ਹੋਇਆ ਹੈ। ਹੁਣ ਚੁਣੌਤੀ ਹੈ ਕਿ ਓਕਟਾਹੈਡਨ 8 ਭੁਜਾ ਨੂੰ ਮੋੜਨ ਦੀ।